जी सारिआं नूं तुहानूं विखाने आ जी इह पट्ठा इह लत्तां तों रहि गिआ सी इह बिल्कुल ही बहि गिआ सी इह तों उठिआ नहीं जांदा सी तुरिआ तुरदा सी तां लत्तां जिहड़ियां वाइब्रेशन करदीआं सी इहदा मतलब कि मालक च कमी आ जानवर च कोई कमी नहीं जी इहदी सेवा पाणी वधिआ नहीं होई कि मुरगे ज़्यादा ही दाणा पाणी इन्ना ध्यान नहीं रख्या गिआ बाकी इहदीआं लत्तां किन्नीआं लंबीआं ने इह 19 प्लस जाएगा 18 तों 19 जां 19 तों प्लस भी हो सकदा तां करके जिहड़े बड़े जानवर हुंदे आ ਉਹ ਹਮੇਸ਼ਾ ਲੱਤਾਂ ਤੋਂ ਰਹਿਣ ਦਾ ਡਰ ਹੁੰਦਾ ਅਤੇ ਇਹਦਾ ਜੀ ਸੌਖਾ ਜਿਹਾ ਤਰੀਕਾ ਇਹਨੂੰ ਠੀਕ ਕਰਨ ਦਾ ਅੱਜ ਮੈਂ ਤੁਹਾਨੂੰ ਦੱਸਦਾ ਕੋਈ ਇੰਜੈਕਸ਼ਨ ਨਹੀਂ ਲਾਉਣਾ ਜੀ ਕੋਈ ਮਲਟੀਵਿਟਾਮਿਨ ਕੋਈ ਕੈਲਸ਼ੀਅਮ ਦੀ ਦੇਣ ਦੀ ਲੋੜ ਨਹੀਂ ਆਹ ਮੇਰੇ ਕੋਲ ਜੀ ਦਰਖਤ ਖਲੋਤਾ ਇਹਨੂੰ ਕਹਿੰਦੇ ਆ ਜੀ ਸਵਾਂਜਣਾ ਇਹ ਆਪਣੇ ਪੰਜਾਬ ਦਾ ਦਰਖਤ ਆ ਜਿਹਨੂੰ ਫਲੀਆਂ ਵੀ ਲੱਗਦੀਆਂ ਕਈਆਂ ਲੋਕਾਂ ਦੇ ਘਰੇ ਲੱਗਿਆ ਹੋਏਗਾ ਇਹਨੂੰ ਇੰਗਲਿਸ਼ 'ਚ ਕਹਿੰਦੇ ਆ ਜੀ ਮੋਰਿੰਗਾ ਆ ਤੁਸੀਂ ਗੂਗਲ 'ਤੇ ਸਰਚ ਕਰਿਓ ਮੋਰਿੰਗਾ ਲੀਫ ਬੈਨੀਫਿਟਸ ਤੁਹਾਨੂੰ ਇਹਦੇ ਸਾਰੇ ਆ ਜਾਏਗੇ ਇਹ 'ਚ ਸਭ ਤੋਂ ਜ਼ਿਆਦਾ ਮਿਨਰਲ ਸਭ ਤੋਂ ਜ਼ਿਆਦਾ ਵਿਟਾਮਿਨ ਸਭ ਤੋਂ ਜ਼ਿਆਦਾ ਕੈਲਸ਼ੀਅਮ ਤੁਸੀਂ 2 ਗਲਾਸ ਦੁੱਧ ਪੀਂਦੇ ਹੋ ਇਹਦੇ ਇੰਨੇ ਕੁ ਪੱਤੇ ਤੋੜ ਕੇ ਖਾ ਲਓ ਉਨਾ ਕੈਲਸ਼ੀਅਮ 2 ਗਲਾਸ ਦੁੱਧ 'ਚ ਨਹੀਂ ਹੋਏਗਾ ਜਿੰਨਾ ਕੈਲਸ਼ੀਅਮ ਇਹਦੇ ਇੰਨੇ ਪੱਤਿਆਂ 'ਚ ਹੋਏਗਾ ਰੋਗ ਪ੍ਰਤੀਰੋਧ ਸ਼ਮਤਾ ਸਭ ਤੋਂ ਜ਼ਿਆਦਾ ਹਰ ਇੱਕ ਚੀਜ਼ 'ਚ ਬਹੁਤ ਹੈ ਮੈਂ ਖੁਦ ਆਸਟ੍ਰੇਲੀਆ ਜਾ ਕੇ ਆਇਆ ਸੀ ਪਿੱਛੇ ਰਹਿ ਕੇ ਆਇਆ ਮੈਂ 3-4 ਮਹੀਨੇ ਅਤੇ ਉੱਥੇ ਅੱਜ ਕੱਲ੍ਹ ਫੋਰਨਰ ਇਹਦੀ ਬੜੀ ਉਹ ਖੇਤੀ ਕਰ ਰਹੇ ਨੇ ਪਾਗਲ ਹੋਏ ਫਿਰਦੇ ਨੇ ਕਿ ਇੰਨੀ ਵਧੀਆ ਚੀਜ਼ ਔਰ ਆਪਣੇ ਇੰਡੀਆ ਦਾ ਦਰਖਤ ਹੈ ਆਪਾਂ ਲੋਕਾਂ ਨੂੰ ਇਹਦੀ ਕਦਰ ਨਹੀਂ ਹੈਗੀ ਅਤੇ ਜੀ ਟੋਪਿਕ 'ਤੇ ਆਉਂਦੇ ਹਾਂ ਇਹ ਲੱਤਾਂ ਤੋਂ ਰਹਿ ਗਿਆ ਸੀ ਇਹਦਾ ਟ੍ਰੀਟਮੈਂਟ ਕੀ ਕੀਤਾ ਜੀ ਮੈਂ ਸੌਖਾ ਜਿਹਾ ਤਰੀਕਾ ਜੀ ਆਹ ਟਾਹਣੀ ਤੋੜੀ ਆ ਆਹ ਪੱਤੇ ਇੱਦਾਂ ਲੈ ਲੈਣੇ ਜੀ ਇਹਦੇ ਪੱਤੇ ਤੋੜ ਕੇ ਇਹਨੂੰ ਇੱਦਾਂ ਮਸਲ ਲੈਣਾ ਜੀ ਮਸਲ ਕੇ ਤੁਸੀਂ ਕੀ ਕਰਨਾ ਜਦੋਂ ਇੱਦਾਂ ਹੋ ਗਏ ਅਤੇ ਆਹ ਦੇਖੋ ਇਹ ਤੁਸੀਂ ਦਿਨ 'ਚ 3 ਟਾਈਮ ਦੇਣੇ ਜੀ ਜਿਹਦਾ ਨਾਲ ਇਹਦਾ ਥੋੜ੍ਹਾ ਪੋਟ ਭਰਿਆ ਰਹੇ ਅਤੇ ਤੁਸੀਂ 15 ਦਿਨ ਦਿਓ ਜੀ 15 ਦਿਨ ਬਾਅਦ ਜਾਨਵਰ ਤੁਹਾਡਾ ਆਪੇ ਹੀ ਤੁਹਾਨੂੰ ਦੱਸੇਗਾ ਹਾਂ ਵੀ ਮਿਰਚ ਤਾਕਤ ਹੈ ਅਤੇ ਇਹ 4-5 ਮਹੀਨੇ ਦਾ ਪੱਠਾ ਆ ਲੱਤਾਂ ਬਹੁਤ ਲੰਬੀਆਂ ਸੀ ਰਹਿ ਗਿਆ ਸੀ ਕੱਦ ਤੋਂ ਲੱਤਾਂ ਤੋਂ ਰਹਿ ਗਿਆ ਸੀ ਅਤੇ ਸਭ ਤੋਂ ਸੌਖਾ ਤਰੀਕਾ ਜੀ ਇਹਨੂੰ ਤੁਸੀਂ ਆਪ ਵੀ ਯੂਜ਼ ਕਰ ਸਕਦੇ ਹੋ ਜਿਵੇਂ ਅੱਜ ਕੱਲ੍ਹ ਕਰੋਨਾ ਆਇਆ ਹੋਇਆ ਇਮਿਊਨਿਟੀ ਸਟਰੋਂਗ ਕਰਨੀ ਹੈ ਸਭ ਤੋਂ ਸੌਖਾ ਅਤੇ ਸਭ ਤੋਂ ਵਧੀਆ ਤਰੀਕਾ ਜੀ ਇਮਿਊਨਿਟੀ ਸਟਰੋਂਗ ਕਰਨ ਦਾ ਇਹਦਾ ਆਹ ਲੀਫ ਲਓ ਇੰਨੇ ਕੁ ਆਹ ਲੀਫ ਲੈ ਲੈ ਇਹਨੂੰ ਖਾ ਲਓ ਇਹਦਾ ਟੇਸਟ ਹੈ ਜਿਵੇਂ ਸਰ੍ਹੋਂ ਦੇ ਪੱਤਿਆਂ ਦਾ ਟੇਸਟ ਹੁੰਦਾ ਸਭ ਤੋਂ ਵਧੀਆ ਟੇਸਟ ਹੈ ਸਭ ਤੋਂ ਜ਼ਿਆਦਾ ਕੈਲਸ਼ੀਅਮ ਮਿਨਰਲਸ ਔਰ ਮੇਨ ਜਿਹੜੀ ਰੋਗ ਪ੍ਰਤੀਰੋਧ ਸ਼ਮਤਾ ਜਿਹੜੀ ਅੱਜ ਕੱਲ੍ਹ ਸਾਰਿਆਂ ਨੂੰ ਚਾਹੀਦੀ ਹੈ ਬਾਕੀ ਇੱਕ ਔਰਗੈਨਿਕ ਇੰਡੀਆ ਕਰਕੇ ਅੱਜ ਕੱਲ੍ਹ ਪ੍ਰੋਡਕਟ ਆਉਂਦੇ ਨੇ ਉਹਦੇ 'ਚ ਵੀ ਵੇਖ ਲਿਓ ਮੋਰਿੰਗਾ ਸਰਚ ਕਰਿਓ ਐਮਾਜ਼ੋਨ 'ਤੇ ਇਹਦੇ ਪੱਤੇ ਮੇਰੇ ਖਿਆਲ ਨਾਲ 250 ਗ੍ਰਾਮ 300-350 ਦੇ ਵਿਕ ਰਹੇ ਨੇ ਤੁਸੀਂ ਆਪ ਸੋਚੋ ਕਿ ਕਿੰਨੀ ਜ਼ਿਆਦੀ ਇਹਦੇ ਪੱਤਿਆਂ ਦੀ ਅਹਿਮਤ ਹੈ ਅਤੇ ਤੁਸੀਂ ਇਹਨਾਂ ਪੱਤਿਆਂ ਨੂੰ ਸੁਕਾ ਕੇ ਐਜ਼ ਏ ਮੇਥੀ ਦੇ ਯੂਜ਼ ਕਰ ਸਕਦੇ ਹੋ ਤੁਸੀਂ ਘਰ 'ਚ ਵੀ ਇਹ ਯੂਜ਼ ਕਰੋ ਨਹੀਂ ਤਾਂ ਇਹਦੇ ਪੱਤੇ ਸੁਕਾ ਕੇ ਤੁਸੀਂ ਜੇ ਜਾਨਵਰ ਰੱਖੇ ਉਹਨਾਂ 'ਤੇ ਯੂਜ਼ ਕਰ ਸਕਦੇ ਹੋ ਜਿਵੇਂ ਆਟਾ ਦਿੰਦੇ ਹੋ ਅਤੇ ਉਹਦੇ 2 ਪਾਊਡਰ ਪਾ ਕੇ ਚਮਚੇ ਆਟੇ ਨਾਲ ਗੁੰਨ ਕੇ ਦੇ ਦਿਓ ਇੱਦਾਂ ਮੈਨੂਅਲ ਫੀਡ ਦੇ ਦਿਓ ਅਤੇ ਜਾਨਵਰ ਤੁਹਾਡਾ ਬਿਲਕੁਲ ਠੀਕ ਹੋ ਜਾਏਗਾ ਜੇ ਬਿਲਕੁਲ ਰਹਿ ਗਿਆ ਸੀ ਬਿਲਕੁਲ ਹੀ ਖਤਮ ਹੋ ਗਿਆ ਸੀ ਹੁਣ ਵੇਖੋ ਜੀ ਜਾਨ 'ਚ ਆ ਗਿਆ ਪੱਲੇ ਪੁੱਲੇ ਵੀ ਠੀਕ ਹੋ ਗਏ ਇਹਦੇ ਬਿਲਕੁਲ ਜਾਵਾ ਜੀ 18+ ਜਾਏਗਾ ਅਤੇ ਧਿਆਨ ਰੱਖੋ ਜੀ ਸਾਰਾ ਕੋਵਿਡ-19 ਤੋਂ ਬਚ ਕੇ ਰਹੋ ਬਾਕੀ ਇਹਦੇ ਪੱਤੇ ਖਾਂਦੇ ਰਹੋ ਜ਼ਿਆਦਾ ਨਹੀਂ 70% ਚਾਂਸ ਹੋਣਗੇ 70-80% ਕਿ ਤੁਹਾਡੀ ਇਮਿਊਨਿਟੀ ਬਹੁਤ ਜ਼ਿਆਦਾ ਵੱਧ ਜਾਏਗੀ ਚੰਗਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਏ ਹਾਂਜੀ ਇਹ ਆ ਜੀ ਇਹ ਪੱਠਾ ਇਹ ਪਹਿਲਾਂ ਦੀ ਵੀਡੀਓ ਬਣਾਈ ਸੀ ਟ੍ਰੀਟਮੈਂਟ ਤੋਂ ਪਹਿਲਾਂ ਆਹ ਵੇਖੋ ਜੀ ਇਹਦੇ ਇਹ ਖਲੋਤਾ ਇੱਕ ਜਗ੍ਹਾ ਬਸ ਇੱਦਾਂ ਹੀ ਖਲੋਤਾ ਰਹਿੰਦਾ ਇੱਥੇ ਹੀ ਇਹਨੇ ਡਿੱਗ ਜਾਣਾ ਸੀ ਪਰ ਕੀ ਆ ਮੈਂ ਇਹਨੂੰ ਮਾੜਾ ਜਿਹਾ ਡਰਾਵਾਂਗਾ ਅਤੇ ਇਹਨੂੰ ਤੋਰਾਂਗਾ ਅਤੇ ਇਹਦੇ ਕੋ ਮਤਲਬ ਕਿ ਤੁਰਿਆ ਨਹੀਂ ਜਾਂਦਾ ਇੰਨਾ ਬੈਲੈਂਸ ਨਹੀਂ ਬਣਦਾ ਲੱਤਾਂ 'ਚ ਬਿਲਕੁਲ ਵੀ ਜਾਨ ਨਹੀਂ ਹੈਗੀ ਹੁਣ ਆਹ ਦੇਖੋ ਜੀ ਲੱਤਾਂ ਕਿਵੇਂ ਇਹਦੀਆਂ ਡੋਲਦੀਆਂ ਪਈਆਂ ਇਹ ਬਹੁਤ ਜ਼ਿਆਦਾ ਕਮਜ਼ੋਰ ਸੀ ਬਹਿ ਜਾਂਦਾ ਸੀ ਖੁੱਡੇ 'ਚੋਂ ਬਾਹਰ ਨਹੀਂ ਨਿਕਲਦਾ ਸੀ ਇੱਕ ਵਾਰ ਤਾਂ ਐਂ ਲੱਗਿਆ ਸ਼ਾਇਦ ਮੁਸ਼ਕਲ ਹੀ ਬਚੇ ਬਟ ਕੀ ਆ ਜਿਹੜੇ ਮੋਰਿੰਗਾ ਟ੍ਰੀ ਲੀਵਸ ਨੇ ਇਹਦੇ ਕਰਕੇ ਇਹਨੂੰ ਮੈਂ ਡੇਲੀ 3 ਟਾਈਮ ਦਿੰਦਾ ਸੀ ਟ੍ਰੀਟਮੈਂਟ ਕੀਤਾ ਇਹਦਾ 15-16 ਦਿਨ ਤੋਂ ਬਾਅਦ ਇਹ ਬਿਲਕੁਲ ਹੀ ਠੀਕ ਹੋ ਗਿਆ ਤੁਰਨ ਫਿਰਨ ਲੱਗ ਗਿਆ ਭੱਜਣ ਲੱਗ ਗਿਆ ਠੀਕ ਹੈ ਜੀ ਖਾਣ ਪੀਣ ਵਧੀਆ ਲੱਗ ਗਿਆ ਔਰ ਦੂਜੇ ਪੱਠਿਆਂ ਦੇ ਨਾਲ ਰਲ ਗਿਆ ਇਹ ਇਹਦੇ ਭਰਾ ਸੀ ਦੇਖੋ ਜੀ 2 ਪੱਠੇ ਅਤੇ ਪੱਠੀਆਂ ਨੇ ਇਹ ਬਿਲਕੁਲ ਠੀਕ ਨੇ ਬਟ ਕੀ ਇਹ ਜੇ ਲੱਤਾਂ ਤੋਂ ਵੀਕਨੈਸ ਹੋਇਆ ਇਹਨੂੰ ਵੀ ਮੈਂ ਦੇਣਾ ਸ਼ੁਰੂ ਕਰਤਾ ਕਿ ਇਹਨਾਂ ਨੂੰ ਅੱਗੇ ਆ ਜੇ ਤੁਸੀਂ ਇਹ ਚੀਜ਼ ਦਾ ਪੂਰਾ ਧਿਆਨ ਰੱਖਣਾ ਜੀ
बाकी जी देखते दे रहो। लो जी ट्रीटमेंट सक्सैस होया। बठा बिल्कुल सही हो गया जी, लत्तां दी वीकनेस इहदी बिल्कुल ठीक है, हुण तुरदा फिरता खा रहा, नहीं तो पहले इहदे को उठिया नहीं जाता सी।